ਅਮਰੂਦ ਬਾਗ ਘੁਟਾਲਾ ਲਗਾਤਾਰ ਤੂਲ ਫਰਦਾ ਨਜ਼ਰ ਆ ਰਿਹਾ। ਲੰਘੇ ਸਾਲ ਤੋਂ ਇੱਕ ਅਧਿਕਾਰੀ ਫਰਾਰ ਸੀ ਜੋ ਕਿ ਆਖਿਰਕਾਰ ਵਿਜੀਲੈਂਸ ਦੇ ਅੜਕੇ ਚੜ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਬਾਗਬਾਨੀ ਵਿਕਾਸ ਅਧਿਕਾਰੀ ਹੀ ਸ਼ਾਮਿਲ ਦੱਸਿਆ ਜਾ ਰਿਹਾ। ਇੱਕ FIR ਦਾਇਰ ਹੁੰਦੀ ਹੈ ਜਿਸ ਦੇ ਵਿੱਚ HDO ਸ਼ਾਮਿਲ ਹੁੰਦਾ ਆ, ਔਰ ਉਸੇ ਦੇ ਵਿੱਚ ਇਸ HDO ਜਿਸਦਾ ਨਾਮ ਜਸਪ੍ਰੀਤ ਸਿੰਘ ਹੈਗਾ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਸਪ੍ਰੀਤ ਸਿੰਘ ਸਿੱਧੂ ਜਿਹੜਾ ਕਿ ਬਾਗਬਾਨੀ ਵਿਕਾਸ ਅਫਸਰ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 2004 ਤੋਂ ਲੈ ਕੇ 2019 ਤੱਕ ਲਗਾਤਾਰ ਖਰੜ ਦੇ ਵਿੱਚ ਹੀ ਤਾਇਨਾਤ ਸੀ, ਖਰੜ ਬਾਗਬਾਨੀ ਵਿਭਾਗ ਦੇ ਵਿੱਚ ਤਾਇਨਾਤ ਸੀ, ਔਰ ਸਿੱਧੇ ਤਰ੍ਹਾਂ ਲਿੰਕ ਦੱਸਿਆ ਜਾ ਰਿਹਾ ਇਸ ਦਾ ਅਮਰੂਦ ਬਾਗ ਘੁਟਾਲੇ ਨੂੰ ਲੈ ਕੇ। ਲਗਾਤਾਰ ਇੱਕ ਖਬਰ ਲਗਾਤਾਰ ਨਸ਼ਰ ਹੋ ਰਹੀ ਸੀ ਜਿਸ ਦੇ ਵਿੱਚ ਸਾਫ਼ ਕਿਹਾ ਜਾ ਰਿਹਾ ਸੀ ਕਿ ਅਮਰੂਦ ਦੇ ਬਾਗ ਦੇ ਅਧੀਨ ਘੁਟਾਲਾ ਚੱਲਦਾ ਪਿਆ, ਉਹਨਾਂ ਦੀ ਆੜ ਦੇ ਵਿੱਚ ਘੁਟਾਲਾ ਚੱਲਦਾ ਪਿਆ ਆ, ਕਿਉਂਕਿ ਗਮਾਡਾ ਨੇ ਜਿਹੜੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਨੇ ਉਹਨਾਂ ਦੇ ਉੱਤੇ, ਉਹਨਾਂ ਜ਼ਮੀਨਾਂ ਦੇ ਉੱਤੇ ਜਿਹੜੇ ਜਿਹੜੇ ਕਿਸਾਨ ਨੇ ਅਮਰੂਦਾਂ ਦੇ ਬਾਗ ਲਗਾਏ ਹੋਏ ਸੀ ਉਹਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀਆਂ ਗੱਲਾਂ ਹੋ ਰਹੀਆਂ ਸੀ, ਅਤੇ ਉਸ ਦੀ ਆੜ ਦੇ ਵਿੱਚ ਬੜੇ ਵੱਡੇ ਵੱਡੇ ਅਧਿਕਾਰੀਆਂ ਨੇ ਜਿਸ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਸੀਨੀਅਰ ਅਧਿਕਾਰੀ ਗਮਾਡਾ ਦੇ ਆਪਣੇ ਅਫਸਰਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਨਾਲ ਮਿਲ ਕੇ ਸਾਂਠ ਗਾਂਠ ਦੇ ਨਾਲ ਇਹ ਸਾਰਾ ਕੁਝ ਤਿਆਰ ਕੀਤਾ ਗਿਆ। ਉਹ ਜ਼ਮੀਨਾਂ ਪਹਿਲਾਂ ਹੀ ਖਰੀਦ ਲਈਆਂ ਗਈਆਂ ਜਿਹੜੀਆਂ ਐਕਵਾਇਰ ਹੋਣੀਆਂ ਸੀ, ਅਤੇ ਉਹਨਾਂ ਦੇ ਉੱਤੇ ਅਮਰੂਦਾਂ ਦੇ ਬਾਗ ਲਗਾ ਦਿੱਤੇ ਗਏ। ਉਸ ਤੋਂ ਬਾਅਦ ਉਹ ਜ਼ਮੀਨਾਂ ਐਕਵਾਇਰ ਹੋਈਆਂ ਅਤੇ ਸਰਕਾਰ ਦਾ ਮੁਆਵਜ਼ਾ ਜਿਹੜਾ ਆ ਉਹਨਾਂ ਜ਼ਮੀਨਾਂ ਤੋਂ ਉਹਨਾਂ ਲੋਕਾਂ ਨੂੰ ਪ੍ਰਾਪਤ ਹੋਇਆ, ਯਾਨੀ ਕਿ ਲਾਭਪਾਤਰੀਆਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੇ ਧੱਕੇ ਦੇ ਨਾਲ ਇਹ ਜ਼ਮੀਨਾਂ ਖਰੀਦ ਲਈਆਂ ਸਨ। ਖੈਰ, ਉਹਦੇ ਵਿੱਚ ਹੁਣ ਬਾਗਬਾਨੀ ਵਿਭਾਗ ਅਧਿਕਾਰੀ ਜਸਪ੍ਰੀਤ ਸਿੰਘ ਸਿੱਧੂ ਫਸਦੇ ਨਜ਼ਰ ਆ ਰਹੇ ਨੇ। ਕੋਈ ਹੁਣ ਦੇ ਨਹੀਂ ਫਸ ਰਹੇ, ਬਹੁਤ ਪਹਿਲਾਂ ਹੀ ਇਹਨਾਂ ਦਾ ਨਾਮ ਸਾਹਮਣੇ ਆ ਗਿਆ ਸੀ। ਲੰਘੇ ਸਾਲ ਦੇ ਸ਼ੁਰੂਆਤੀ ਮਹੀਨੇ ਦੇ ਵਿੱਚ ਹੀ ਇੱਕ ਅਗਾਊਂ ਜ਼ਮਾਨਤ ਦੀ ਪਟੀਸ਼ਨ ਜਿਹੜੀ ਸੀ ਉਹ ਖਾਰਜ ਕਰ ਦਿੱਤੀ ਜਾਂਦੀ ਹੈ ਹਾਈ ਕੋਰਟ ਦੇ ਵੱਲੋਂ, ਅਤੇ ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਇਸ FIR ਨੂੰ ਜਿਹੜਾ ਹੁਣ ਅੱਗੇ ਤੋਰਿਆ ਗਿਆ। ਤਾਂ ਦੱਸ ਦਈਏ ਕਿ ਲੰਘੇ ਸਾਲ 2023 ਦੇ ਵਿੱਚ ਜਨਵਰੀ ਮਹੀਨੇ ਦੀ 24 ਤਰੀਕ ਦੱਸੀ ਜਾ ਰਹੀ ਹੈ ਜਦੋਂ ਇਹ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਹੁੰਦੀ ਹੈ, ਅਤੇ ਇਸ ਤੋਂ ਬਾਅਦ ਕਥਿਤ ਮੁਲਜ਼ਮ ਜਿਹੜੇ ਨੇ ਜਸਪ੍ਰੀਤ ਸਿੰਘ ਸਿੱਧੂ ਜਿਹੜੇ ਕਿ DHO ਨੇ ਖਰੜ ਤੋਂ ਰਹਿ ਚੁੱਕੇ ਨੇ ਉਹ ਫਰਾਰ ਹੋ ਜਾਂਦੇ ਨੇ। ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਵਿਜੀਲੈਂਸ ਵਿਭਾਗ ਕਰ ਰਿਹਾ ਹੁੰਦਾ ਆ, ਔਰ ਵਿਜੀਲੈਂਸ ਵਿਭਾਗ ਦੇ ਹੱਥ ਆਖਿਰਕਾਰ ਉਹ ਲੱਗਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਜਦੋਂ ਵਿਜੀਲੈਂਸ ਨੇ ਹਾਈਕੋਰਟ ਦੇ ਸਾਹਮਣੇ ਸਬੂਤ ਰੱਖੇ ਤਾਂ ਹਾਈਕੋਰਟ ਵੀ ਹੈਰਾਨ ਰਹਿ ਗਿਆ, ਜਿਸ ਤੋਂ ਬਾਅਦ ਜਿਹੜੀ ਇਹ ਪਟੀਸ਼ਨ ਸੀ ਉਸਨੂੰ ਖਾਰਜ ਕਰ ਦਿੱਤਾ ਗਿਆ ਸੀ, ਅਗਾਊਂ ਜ਼ਮਾਨਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਸੀ। ਦਰਅਸਲ ਜਾਣਕਾਰੀ ਮੁਤਾਬਕ ਜੋ ਵੇਰਵੇ ਵਿਜੀਲੈਂਸ ਨੇ ਹਾਸਲ ਕੀਤੇ ਨੇ, ਲਾਭਪਾਤਰੀਆਂ ਨਾਲ ਸੰਬੰਧਿਤ ਰਿਕਾਰਡ ਅਤੇ ਜਾਲੀ ਦਸਤਾਵੇਜ਼ ਮਿਲੇ ਨੇ, ਉਹਨਾਂ ਦੇ ਏਵਜ਼ ਦੇ ਵਿੱਚ ਜੋ ਗਮਾਡਾ ਦੇ ਕੋਲ ਅਤੇ ਜੋ ਬਾਗਬਾਨੀ ਵਿਭਾਗ ਦੇ ਕੋਲ ਰਿਪੋਰਟਾਂ ਨੇ ਉਹ ਕੁਝ ਹੋਰ ਹੀ ਕਹਿੰਦੀਆਂ ਨੇ। ਦੋਵਾਂ ਦੇ ਵਿੱਚ ਵੱਡਾ ਫਰਕ ਵੇਖਿਆ ਜਾ ਰਿਹਾ ਆ, ਔਰ ਇਹਨਾਂ ਜ਼ਮੀਨਾਂ ਦੇ ਉੱਤੇ ਲੱਗੇ ਅਮਰੂਦਾਂ ਦੇ ਬਾਗਾਂ ਦੇ ਵਿੱਚ ਬੂਟਿਆਂ ਦੀ ਜਿਹੜੀ ਗਿਣਤੀ ਹੈ ਉਹ ਜਿੰਨੀਆਂ ਅਸਲ ਗਿਣਤੀ ਹੈ ਅਤੇ ਨਾਲ ਦੀ ਨਾਲ ਜਿੰਨੀ ਰਿਪੋਰਟ ਦੇ ਵਿੱਚ ਗਿਣਤੀ ਲਿਖੀ ਗਈ ਹੈ ਉਸ ਦੇ ਵਿੱਚ ਵੀ ਬਹੁਤ ਵੱਡਾ ਫਰਕ ਹੈਗਾ ਹੈ। ਜੋ ਅਸਲ ਮਾਤਰਾ ਹੈਗੀ ਆ ਬੂਟਿਆਂ ਦੀ ਉਹ ਰਿਪੋਰਟ ਦੇ ਵਿੱਚ ਦੱਸੀ ਗਈ ਗਿਣਤੀ ਤੋਂ ਬਹੁਤ ਜ਼ਿਆਦਾ ਵੱਧ ਦੱਸੀ ਜਾ ਰਹੀ ਹੈ, ਜਿਸ ਦੇ ਨਾਲ ਸਿੱਧੇ ਤੌਰ ਦੇ ਉੱਤੇ ਜਸਪ੍ਰੀਤ ਸਿੰਘ ਸਿੱਧੂ ਦਾ ਲਿੰਕ ਦੱਸਿਆ ਜਾ ਰਿਹਾ, ਜਿਨ੍ਹਾਂ ਨੂੰ ਆਖਿਰਕਾਰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੁੰਦੀ ਹੈ, ਫਰਾਰ ਹੋ ਜਾਂਦੇ ਹੈ ਪਰ ਆਖਿਰਕਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਔਰ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਨਾਲ ਲਗਾਤਾਰ ਲਿੰਕ ਵਿੱਚ ਸਨ। ਇਸ ਤੋਂ ਪਹਿਲਾਂ ਵੀ DC ਲੈਵਲ ਦੇ ਔਰ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਵੱਡੇ ਅਧਿਕਾਰੀਆਂ ਲੈਵਲ ਦੇ ਲੋਕਾਂ ਦੇ ਨਾਮ ਵੀ ਸਾਹਮਣੇ ਆ ਚੁੱਕੇ ਨੇ। ਵੱਡੇ ਵੱਡੇ ਅਫਸਰ ਇਸ ਦੇ ਵਿੱਚ ਫਸਦੇ ਨਜ਼ਰ ਆਉਂਦੇ ਨੇ। ਉਹਨਾਂ ਨੇ ਆਪਣੀਆਂ ਘਰਵਾਲੀਆਂ ਦੇ ਨਾਮ ਦੇ ਉੱਤੇ ਜ਼ਮੀਨਾਂ ਖਰੀਦੀਆਂ ਹੋਈਆਂ ਸੀ, ਇਹ ਵੀ ਦੱਸਿਆ ਗਿਆ ਲੱਗੇ ਸਮਿਆਂ ਦੇ ਵਿੱਚ, ਪਰ ਹੁਣ ਬਾਗਬਾਨੀ ਵਿਕਾਸ ਅਧਿਕਾਰੀ ਹੀ ਇਸ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ।
ਦਰਅਸਲ 137 ਕਰੋੜ ਰੁਪਏ ਦਾ ਗਬਨ ਦੱਸਿਆ ਜਾ ਰਿਹਾ ਜਿਸ ਨੂੰ ਲੈ ਕੇ 2023 ਦੇ ਵਿੱਚ FIR ਦਰਜ ਹੋਈ ਸੀ। ਉਸ FIR ਦੇ ਆਧਾਰ ਦੇ ਉੱਤੇ ਜਸਪ੍ਰੀਤ ਸਿੰਘ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਇੱਕ ਪਟੀਸ਼ਨ ਹਾਈਕੋਰਟ ਦੇ ਵਿੱਚ ਦਰਜ ਕਰ ਦਿੱਤੀ ਜਾਂਦੀ ਹੈ, ਪਰ ਉਸ ਪਟੀਸ਼ਨ ਦੇ ਏਵਜ ਦੇ ਵਿੱਚ ਜਦੋਂ ਵਿਜੀਲੈਂਸ ਵਿਭਾਗ ਸਬੂਤ ਪੇਸ਼ ਕਰਦਾ ਆ ਤੇ ਉਸ ਤੋਂ ਬਾਅਦ ਹਾਈਕੋਰਟ ਵੀ ਉਸ ਪਟੀਸ਼ਨ ਨੂੰ ਜਾਰੀ ਨਹੀਂ ਰੱਖਦਾ ਔਰ ਉਸ ਨੂੰ ਖਾਰਜ ਕਰ ਦਿੰਦਾ ਤੇ ਉਸ ਤੋਂ ਬਾਅਦ ਹੀ ਜਸਪ੍ਰੀਤ ਸਿੰਘ ਕਥਿਤ ਤੌਰ ਦੇ ਉੱਤੇ ਫਰਾਰ ਹੋ ਜਾਂਦੇ ਨੇ। ਫਰਾਰੀ ਤੋਂ ਬਾਅਦ ਆਖਿਰਕਾਰ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਪਾ ਲਈ ਗਈ ਹੈ ਔਰ ਉਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 137 ਕਰੋੜ ਰੁਪਏ ਦੇ ਮੁਆਵਜ਼ੇ ਦੇ ਘਪਲੇ ਦਾ ਇਹ ਮਾਮਲਾ ਹੈਗਾ ਆ, ਜਿਸ ਤੋਂ ਬਾਅਦ ਹੁਣ ਕਾਰਵਾਈ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਅਮਰੂਦਾਂ ਦੇ ਬਾਗਾਂ ਨੂੰ ਲੈ ਕੇ, ਅਮਰੂਦਾਂ ਦੇ ਬਾਗਾਂ ਦੇ ਨਾਲ ਕਥਿਤ ਘੁਟਾਲੇ ਨੂੰ ਲੈ ਕੇ ਕੀ ਕੁਝ ਸਾਹਮਣੇ ਆਵੇਗਾ ਇਹ ਸਮਾਂ ਦੱਸੇਗਾ। ਪਰ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਐਰੋਸਿਟੀ ਦੀ ਜ਼ਮੀਨ ਸੀਗੀ, ਜਿੱਥੇ ਚੰਡੀਗੜ੍ਹ ਏਅਰਪੋਰਟ ਨੂੰ ਜਾਂਦੀ ਜਿਹੜੀ ਸੜਕ ਹੈਗੀ ਆ, ਉਸ ਦੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਸੀਗੀ, ਉੱਥੇ ਅਮਰੂਦਾਂ ਦੇ ਬਾਗਾਂ ਦੇ ਨਾਲ ਸੰਬੰਧਿਤ ਘਪਲੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ। ਖਾਸ ਕਰਕੇ ਉਸ ਏਰੀਏ ਦੇ ਵਿੱਚ, ਐਰੋਸਿਟੀ ਵਾਲੇ ਏਰੀਏ ਦੇ ਵਿੱਚ ਖਾਸ ਕਰਕੇ ਇਹ ਮਾਮਲਾ ਦੱਸਿਆ ਜਾ ਰਿਹਾ, ਜੋ ਕਿ ਐਕਵਾਇਰ ਕੀਤੀ ਗਈ ਸੀ ਗਮਾਡਾ ਦੇ ਵੱਲੋਂ, ਪਰ ਉਸ ਤੋਂ ਪਹਿਲਾਂ ਹੀ ਉਹ ਵੇਚ ਦਿੱਤੀ ਗਈ ਸੀ ਕੁਝ ਐਸੇ ਲੋਕਾਂ ਨੂੰ ਜੋ ਕਿ ਅਮਰੂਦ ਦੇ ਬਾਗ ਲਗਾ ਕੇ ਉੱਥੋਂ ਮੁਆਵਜ਼ਾ ਲੈਣਾ ਚਾਹੁੰਦੇ ਸੀ। ਪਰ ਜਦੋਂ ਹੁਣ ਖੁਲਾਸੇ ਹੋਏ ਨੇ, ਉਸ ਦੇ ਵਿੱਚ ਵੱਡੇ ਅਧਿਕਾਰੀ ਫਸਦੇ ਨਜ਼ਰ ਆ ਰਹੇ ਨੇ ਔਰ ਇੱਕ ਵੱਡੇ ਅਧਿਕਾਰੀ ਜਿਹੜੇ ਕਿ ਫਰਾਰ ਦੱਸੇ ਜਾ ਰਹੇ ਸੀਗੇ, HDO ਯਾਨੀ ਕਿ ਬਾਗਬਾਨੀ ਵਿਭਾਗ ਦੇ ਵਿਕਾਸ ਅਫਸਰ ਜਸਪ੍ਰੀਤ ਸਿੰਘ ਸਿੱਧੂ, ਉਹ ਆਖਿਰਕਾਰ ਗ੍ਰਿਫਤਾਰ ਕਰ ਲਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਉਹ ਵੀ ਦੱਸਦੇ ਰਹਾਂਗੇ, ਔਰ ਤੱਕ ਲਈ ਬਣੇ ਰਹੋ One India Punjabi ਤੇ। ਸਬਸਕ੍ਰਾਈਬ ਟੂ One India Channel ਐਂਡ ਨੈਵਰ ਮਿਸ ਐਨ ਅਪਡੇਟ।